अपना खान पीन दिया माड़े मोटे कुरकरे लेस चिप्स एंड ऑल है ना ये चीज़ा जो लैनी है वो लैके जो मैं पे करती हाँ वो पे इन्नी नहीं हूँ पता नहीं उन्होंने कैनेडा तो ग्रोसरी आ रही है पता नहीं कितों ग्रोसरी आ रही है ये तो सामने भी दसो और मोर ओवर जिदा कि असं देखते आ रहे हैं जिते दूसरे ब्लॉगर पहुँच के मतलब कैनेडा पहुँच के अपनी मतलब थोड़े बहुत फिर भी लाइक शेयर कर रहे हैं कि मैं इतने जॉब कर रही हाँ या कर रहे हैं या मैं इतने पढ़ रहे हैं या पढ़ रही हाँ मतलब असं जीवन प्रभदीप बेसिकली गल कर रहे हैं तो जीवन भाभी ने हाले तक यह शेयर नहीं किया साडे नाल कि बेसिकली की जॉब है मतलब जॉब तुहानू पता है जॉब जॉब भी नहीं पता है कि हां उसने एक वीडियो में जरूर दसा सी कि वो किसी एक स्वीट शॉप पे लगी हुई है तो शायद कैशियर वैशियर है जिसने दिखाई जा रहा है कि कैनेडा जाके लाइफ इनी ईजी हो जाएगी कुछ लोग एहो जे भी हुंदे ने जो बाहर ते चले जांदे ने लेकिन पैसा घर वाले तो ही मंगवांदे रहिंदे ने इन्हें अपनी वीडियो च ना जिस वीडियो दी असीं गल कर रहे हैं कि जिहदे च उन्हें कहा कि ग्रोसरी बहुत ज्यादा उन्हें सस्ती लग रही है क्यों क्योंकि मैनूं नहीं लगता उन्हें इंडिया च भी कभी ग्रोसरी खरीदी होगी है ना कि इत्थे की भाव है उत्थे की भाव है ना मोरओवर जो पैसा बैक तो आ रहा हो ना जो आप मेहनत ना कर रही हो चीजा सस्ती नहीं लगती जो आप मेहनत करी जाएगी अपने हाथ च पैसे आएंगे ना और उस पैसे ना लाइफ चलानी है फिर मुश्किल आती है चीजा फिर पता लगता है ਤੇ ਹੋਰ ਇੱਕ ਨਵੀਂ ਗੱਲ ਮੈਨੇ ਦੇਖਿਆ ਸੀ ਵੀਡੀਓਸ ਦੇਖ ਰਹੇ ਸੀ ਇੱਕ ਨਵੀਂ ਗੱਲ ਤੇ ਅੱਜ ਤੱਕ ਸਾਨੂੰ ਸਾਹ ਨੇ ਕਿਹਾ ਕਿ ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ ਜਿੰਨਾ ਤੁਸੀਂ ਲਿਸਨਿੰਗ ਤੇ ਧਿਆਨ ਦੋਗੇ ਜਿੰਨਾ ਤੁਸੀਂ ਸਪੀਕਿੰਗ ਤੇ ਧਿਆਨ ਦੋਗੇ ਹਨਾ ਜਿੰਨਾ ਤੁਸੀਂ ਰੀਡਿੰਗ ਤੇ ਧਿਆਨ ਦੋਗੇ
ਤੁਹਾਡੇ ਚ ਨਾ ਇੰਗਲਿਸ਼ ਦੀ ਇੰਪਰੂਵਮੈਂਟ ਵਧੇਗੀ, ਚਾਹੇ ਇੰਗਲਿਸ਼ ਚਾਹੇ ਕੋਈ ਵੀ ਲੈਂਗੁਏਜ ਸਿੱਖਣ ਦੇ ਇਹੀ ਤਿੰਨ ਬੇਸਿਕ ਟੋਪ ਉਹ ਹੁੰਦੇ ਸਭ ਤੋਂ ਬੇਸਿਕ ਮੋਡਿਊਲਸ ਹੁੰਦੇ ਚਲੋ ਛੱਡੋ ਮੈਂ ਇੰਗਲਿਸ਼ ਦੀ ਗੱਲ ਛੱਡ ਦਾਂ ਕੋਈ ਕਹਿ ਰਿਹਾ ਜਦੋਂ ਬੱਚਾ ਕੁਝ ਸਿੱਖਣਾ ਸ਼ੁਰੂ ਕਰਦਾ ਹੈ ਸਕੂਲ ਵਿੱਚ ਜਦੋਂ ਜਾਣਾ ਸ਼ੁਰੂ ਕਰਦਾ ਹੈ ਉਦੋਂ ਹੌਲੀ ਹੌਲੀ ਉਹ ਵਰਡ ਜੋੜ ਕੇ ਪੜ੍ਹਨੇ ਸ਼ੁਰੂ ਕਰਦਾ ਡਾਇਰੈਕਟ ਤੇ ਬੋਲਣਾ ਨਹੀਂ ਸ਼ੁਰੂ ਕਰ ਦਿੰਦਾ ਨਾ ਸੋ ਅੱਜ ਕੱਲ ਬਹੁਤ ਸਾਰੇ ਬਲੌਗਰਸ ਨੇ ਜੋ ਜਿਸ ਤਰ੍ਹਾਂ ਕਿ ਇੰਦਰ ਕਿਰਤ ਹੋ ਗਿਆ ਜੀਵਨ ਪ੍ਰਭ ਹੋ ਗਏ ਹੈ ਨਾ ਔਰ ਇੱਕ ਐਂਜਲ ਐਂਜਲ ਨੇ ਇੱਕ ਐਡ ਕੀਤੀ ਹੈ ਰੀਸੈਂਟ ਆਪਣੀ ਵੀਡੀਓ ਚ ਕਿ ਤੁਸੀਂ ਹਾਂ ਕਿਸੇ ਐਪ ਦੀ ਜਾਂ ਕਿਸੇ ਜੋ ਵੀ ਹੈ ਵੈਬਸਾਈਟ ਦੀ ਰਾਈਟ ਉਹ ਕਹਿ ਰਹੀ ਹੈ ਕਿ ਇਹਨਾਂ ਤੋਂ ਇੰਗਲਿਸ਼ ਸਿੱਖੋ ਲੇਕਿਨ ਉਹਨੇ ਕੀ ਲਾਈਨ ਯੂਜ਼ ਕੀਤੀ ਹੈ ਪਹਿਲਾਂ ਤੁਸੀਂ ਉਹ ਸੁਣੋ ਰਾਈਟ ਫਿਰ ਅਸੀਂ ਗੱਲ ਕਰਦੇ ਹਾਂ ਜਿਵੇਂ ਕਿ ਆਪਾਂ ਸਵਿਮਿੰਗ ਜਾਂ ਡਰਾਈਵਿੰਗ ਜਸਟ ਕਲਾਸ ਚ ਬੈ ਕੇ ਨਹੀਂ ਸਿੱਖ ਸਕਦੇ ਉਦਾਂ ਹੀ ਆਪਾਂ ਇੰਗਲਿਸ਼ ਆ ਜਿਹੜੀ ਮੂਵੀਜ਼ ਦੇਖ ਕੇ ਜਾਂ ਬੁੱਕਸ ਰੀਡ ਕਰਕੇ ਜਾਂ ਨਿਊਜ਼ ਪੇਪਰਸ ਰੀਡ ਕਰਕੇ ਨਹੀਂ ਸਿੱਖ ਸਕਦੇ ਬੁੱਕਸ ਰੀਡ ਕਰਕੇ ਜਾਂ ਨਿਊਜ਼ ਪੇਪਰਸ ਰੀਡ ਕਰਕੇ ਨਹੀਂ ਸਿੱਖ ਸਕਦੇ ਅੱਛਾ ਜਿੱਦਾਂ ਇਹਨੇ ਕਿਹਾ ਕਿ ਇਹ ਗੱਲ ਬਹੁਤ ਅੱਛੀ ਗਈ ਕਿ ਸਵਿਮਿੰਗ ਔਰ ਡਰਾਈਵਿੰਗ ਅਸੀਂ ਯੂਟਿਊਬ ਦੀ ਵੀਡੀਓਸ ਤੋਂ ਕਿਤੋਂ ਨਹੀਂ ਸਿੱਖ ਸਕਦੇ ਲੇਕਿਨ ਇਹ ਕਦੋਂ ਤੋਂ ਹੋ ਗਿਆ ਕਿ ਚਲੋ ਮੈਂ ਚਲੋ ਮੂਵੀਜ਼ ਦਾ ਕਹਿ ਦਿੰਦਾ ਕਿ ਚਲੋ ਮੂਵੀਜ਼ ਤੋਂ ਤੁਸੀਂ ਨਹੀਂ ਸਿੱਖ ਪਾਉਂਦੇ ਲੇਕਿਨ ਅੱਜ ਕੱਲ੍ਹ ਸਬਟਾਈਟਲਸ ਆਉਂਦੇ ਨੇ ਤੁਸੀਂ ਪੜ੍ਹ ਕੇ ਸਿੱਖ ਸਕਦੇ ਹੋ ਕਦੋਂ ਤੋਂ ਇਹ ਹੋ ਗਿਆ ਕਿ ਨਿਊਜ਼ ਪੇਪਰ ਪੜ੍ਹ ਕੇ ਜਾਂ ਬੁੱਕਸ ਪੜ੍ਹ ਕੇ ਤੁਸੀਂ ਇੰਗਲਿਸ਼ ਨਹੀਂ ਸਿੱਖ ਸਕਦੇ ਮਤਲਬ ਤੁਸੀਂ ਬੁੱਕਸ ਦਾ ਜੋ ਰਾਈਟਿੰਗਸ ਨੇ ਉਹਦਾ ਮਜ਼ਾਕ ਉਡਾ ਰਹੇ ਹੋ ਤੁਹਾਨੂੰ ਜੇ ਪੜ੍ਹਿਆ ਹੋਏ ਨਾ ਆਪ ਪੜ੍ਹਿਆ ਹੋਏ ਫਿਰ ਤੇ ਸਮਝ ਆਏ ਕਿ ਹਾਂ ਯਾਰ ਪੜ੍ਹ ਕੇ ਹੀ ਚੀਜ਼ਾਂ ਪਤਾ ਲੱਗਦੀਆਂ ਅੱਛਾ ਇਸ ਹਿਸਾਬ ਨਾਲ ਤੇ ਫਿਰ ਡਿਕਸ਼ਨਰੀ ਬਕਵਾਸ ਸਾਰੀਆਂ ਸੇ ਡਿਕਸ਼ਨਰੀ ਸੁੱਟ ਦਿੰਦੇ ਫਿਰ ਡਿਕਸ਼ਨਰੀ ਨਹੀਂ ਹੋਣੀ ਚਾਹੀਦੀ ਡਿਕਸ਼ਨਰੀ ਸੁੱਟ ਦੋ ਸਾਰੀਆਂ ਫਿਰ ਨਾਵਲਸ ਨਹੀਂ ਸਭ ਨਾਵਲਸ ਨਹੀਂ ਹੋਣੇ ਚਾਹੀਦੇ ਬੰਦ ਹੋ ਜਾਣਾ ਚਾਹੀਦਾ ਕਿਉਂਕਿ ਰੀਡਿੰਗ ਦਾ ਕੋਈ ਫਾਇਦਾ ਹੀ ਨਹੀਂ ਹਾਂ ਔਰ ਸਕੂਲ 'ਚ ਵੀ ਜੇ ਤੁਸੀਂ ਕਾਲਜ 'ਚ ਵੀ ਪੜ੍ਹਨ ਜਾਂਦੇ ਹੋ ਜੋ ਤੁਸੀਂ ਸਬਜੈਕਟ ਪੜ੍ਹਦੇ ਹੋ ਇੰਗਲਿਸ਼ ਵਾਲਾ ਸਬਜੈਕਟ ਮਤਲਬ ਫਿਜ਼ਿਕਸ ਹੋ ਗਈ ਕੈਮਿਸਟਰੀ ਜਾਂ ਕੋਈ ਵੀ ਸਬਜੈਕਟ ਹੋ ਗਿਆ ਕਾਮਰਸ ਹੋ ਗਈ ਮੈਥਸ ਹੋ ਗਈ ਹੈ ਨਾ ਉਹਦੇ 'ਚ ਵੀ ਇੰਗਲਿਸ਼ ਹੁੰਦੀ ਉਹ ਇੰਗਲਿਸ਼ ਪੜ੍ਹ ਕੇ ਵੀ ਤੁਹਾਨੂੰ ਇੰਗਲਿਸ਼ ਆਉਂਦੀ ਹੈ ਪਤਾ ਤੁਹਾਨੂੰ ਇਨਡਾਇਰੈਕਟ ਵੇ ਨਾਲ ਤੁਹਾਡਾ ਬ੍ਰੇਨ ਉਸ ਹਿਸਾਬ ਨਾਲ ਟਿਊਨ ਕਰਦਾ ਹੈ ਇਹ ਕਹਿ ਰਹੇ ਬੁੱਕਸ ਤੋਂ ਤੁਸੀਂ ਸਿੱਖ ਹੀ ਨਹੀਂ ਸਕਦੇ ਸਾਰੇ ਬੱਚਿਆਂ ਦੀ ਬੁੱਕਸ ਹਟਵਾ ਦੋ ਉਨਕੋ ਸਿਰਫ ਗੱਲ ਕਰੋ ਸਾਡੇ ਨਾਲ ਹਿਸਟਰੀ ਦੇ ਬਾਰੇ ਗੱਲ ਕਰਦੇ ਆ ਹਿਸਟਰੀ ਸਿੱਖ ਲਓ ਹੈਨਾ ਫਿਰ ਫਿਜ਼ਿਕਸ ਦੇ ਬਾਰੇ ਗੱਲ ਕਰਦੇ ਆ ਫਿਜ਼ਿਕਸ ਸਿੱਖ ਲਓ ਹੈਨਾ ਗੱਲ ਕਰਨ ਵਾਲੀ ਜੇ ਚੀਜ਼ਾਂ ਆਣ ਲੱਗ ਜਾਣ ਫਿਰ ਤੇ ਬਈ ਬੁੱਕਸ ਦੀ ਤੇ ਲੋੜ ਨਹੀਂ ਸਕੂਲ ਦੀ ਲੋੜ ਨਹੀਂ ਹੈ ਫਿਰ ਹਾਂ ਸਕੂਲ ਦੀ ਉਹਨੇ ਸਕੂਲ ਦੀ ਲੋੜ ਨਹੀਂ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਲੇਕਿਨ ਪਤਾ ਉਸਨੇ ਕੀ ਕੀਤਾ ਜਿਸ ਐਪ ਦੀ ਉਹ ਐਡਵਰਟਾਈਜ਼ਮੈਂਟ ਕਰ ਰਹੇ ਉਸ ਦੇ ਵਿੱਚ ਵੀ ਉਹਨਾਂ ਨੇ ਇੱਕ ਕਲਾਸਿਸ ਦੱਸੇ ਨੇ ਇੰਟਰੈਕਸ਼ਨ ਵਾਲੀਆਂ ਕਿ 30 ਮਿੰਟਸ ਦੀ ਕਲਾਸ ਹੈ ਕਿੰਨੇ ਮਿੰਟਸ ਦੀ ਕਲਾਸ ਹੈ ਉਹਦੇ ਵਿੱਚ ਫਿਰ ਕੀ ਹੋਊਗਾ ਉਹਦੇ ਵਿੱਚ ਰੀਡਿੰਗ ਨਹੀਂ ਹੋਏਗੀ ਨਾ ਉਹਦੇ ਸਿਰਫ ਗੱਲਾਂ ਹੋਣਗੀਆਂ ਸਿਰਫ ਗੱਲਾਂ ਹੋਣਗੀਆਂ ਲੇਕਿਨ ਆ ਜੋ ਗਲਤ ਇਨਫੋਰਮੇਸ਼ਨ ਇਹ ਆਪਣੇ ਸਬਸਕ੍ਰਾਈਬਰਸ ਨੂੰ ਔਰ ਯੂਟਿਊਬ ਕਮਿਊਨਿਟੀ ਨੂੰ ਦਿੱਤੀ ਜਾ ਰਹੀ ਹੈ ਬਿਲਕੁਲ ਗਲਤ ਹੈ ਇਹ ਵਾਲੀ ਚੀਜ਼ ਤੇ ਬੈਨ ਹੋਣੀ ਚਾਹੀਦੀ ਇਹਨਾਂ ਦੀ ਜਿੰਨੇ ਵੀ ਬਲੌਗਰਸ ਦੇਖ ਰਹੇ ਪਲੀਜ਼ ਇਹੋ ਜਿਹੀਆਂ ਪ੍ਰੋਮੋਸ਼ਨਸ ਨਾ ਕਰਿਆ ਕਰੋ ਹਾਂ ਤੁਸੀਂ ਸੱਟੇ ਸੁੱਟੇ ਵਾਲੀਆਂ ਕਰਦੇ ਰਹਿੰਦੇ ਹੋ ਨਾ ਗਲਤ ਤੇ ਉਹ ਵੀ ਨੇ ਠੀਕ ਹੈ ਨਾ ਉਹ ਕਿਸੇ ਕਿਸੇ ਨੂੰ ਆਉਂਦਾ ਕਿਸੇ ਨੂੰ ਨਹੀਂ ਖੇਡਣਾ ਆਉਂਦਾ ਪਰ ਉਹ ਵੀ ਗੇਮਿੰਗ ਵਾਲੀ ਗੱਲ ਹੈ ਉਹਦੇ ਵਿੱਚ ਚਲੋ ਤੇ ਗਲਤੀ ਹੈ ਕਿ ਸਕਿੱਲ ਨਹੀਂ ਬਟ ਆ ਯਾਰ ਬੇਸਿਕ ਚੀਜ਼ ਖਰਾਬ ਕਰ ਰਿਹਾ ਨਾ ਇਹ ਸਮਾਜ ਦੀ ਬੇਸਿਕ ਚੀਜ਼ ਖਰਾਬ ਹੋ ਰਹੀ ਹੈ ਪਲੀਜ਼ ਇਦਾਂ ਉਹ ਵਨ ਫੈਕਟਰ ਹੈ ਉਹ ਵਨ ਫੈਕਟਰ ਹੈ ਬਿਲਕੁਲ ਇਹ ਸਟੱਡੀ ਹੈ ਲਾਈਫ ਹੈ ਤੁਹਾਡੀ ਸਟੱਡੀ ਕਰਨਾ ਰੀਡ ਕਰਨਾ ਹੈ ਨਾ ਚਲੋ
ਸੋ ਇਸ ਦੇ ਬਾਅਦ ਆਪਾਂ ਫਿਰ ਗੱਲ ਕਰਾਂਗੇ ਜੀਵਨ ਭਾਬੀ ਦੀ ਤੇ ਜੀਵਨ ਭਾਬੀ ਨੂੰ ਮਤਲਬ ਇੱਕ ਵੀਡੀਓ ਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਛੋਟੀ ਜਿਹੀ ਪ੍ਰੋਬਲਮ ਆਈ ਹੈ ਛੋਟੀ ਪਤਾ ਨਹੀਂ ਵੱਡੀ ਪ੍ਰੋਬਲਮ ਉਹਨਾਂ ਲਈ ਸਾਰੀਆਂ ਚੀਜ਼ਾਂ ਵੈਸੇ ਛੋਟੀਆਂ ਹੀ ਆ ਵੱਡੇ ਲੋਕ ਵੱਡੀਆਂ ਗੱਲਾਂ ਤੇ ਉਹਨਾਂ ਨੇ ਇੱਕ ਵੀਡੀਓ ਚ ਕਿਹਾ ਕਿ ਕੁਝ ਸਿਮ ਦੀ ਗੱਲ ਚੱਲ ਰਹੀ ਸੀ ਕੁਝ ਗਿਆਨ ਦਿੱਤਾ ਜਾ ਰਿਹਾ ਸੀ ਆਉਣ ਵਾਲੇ ਜਨਰੇਸ਼ਨ ਨੂੰ ਜਾਂ ਆਉਣ ਵਾਲੇ ਬੱਚਿਆਂ ਨੂੰ ਕਿ ਏਦਾਂ ਏਦਾਂ ਕਰ ਲਓ ਤੇ ਉਹਨਾਂ ਨੇ ਇੱਕ ਪ੍ਰੋਬਲਮ ਦੱਸੀ ਮੈਨੂੰ ਪ੍ਰੋਬਲਮ ਮਤਲਬ ਉਸ ਪ੍ਰੋਬਲਮ ਨੇ ਨਾ ਬੜੇ ਕੁਐਸਚਨ ਦਿਮਾਗ 'ਚ ਮੇਰੇ ਖੜੇ ਕੀਤੇ ਠੀਕ ਹੈ ਪ੍ਰੋਬਲਮ ਕੀ ਸੀ ਕਿ ਉਹ ਸਿਮ ਲੈ ਕੇ ਆਏ ਉਹ ਕੈਨੇਡਾ ਸਿਮ ਉਹ ਜਿਹੜਾ ਸੀਗਾ ਉਹ ਅਨਿਲ ਨੇ ਦਿੱਤਾ ਸੀ ਹਾਂ ਮਤਲਬ ਜੋ ਕੈਨੇਡਾ ਤੋਂ ਮਤਲਬ ਉਹ ਇੰਡੀਆ ਤੋਂ ਸਿਮ ਲੈ ਕੇ ਆਇਆ ਸੀ ਉਹ ਟੋਰੋਂਟੋ ਦਾ ਸਿਮ ਸੀ ਮਤਲਬ ਜਿੰਨੀ ਕਿ ਮੈਨੂੰ ਗੱਲ ਸਮਝਿਆ ਕਿਉਂਕਿ ਗੋਲਮੋਲ ਜੀ ਗੱਲ ਕੀਤੀ ਆ ਉਹ ਟੋਰੋਂਟੋ ਦਾ ਸਿਮ ਸੀ ਇਹ ਟੋਰੋਂਟੋ ਤੋਂ ਹੁਣ ਸਰੀਆ ਗਿਆ ਠੀਕ ਹੈ ਜਿਹੜਾ ਸਿਮ ਦਿੱਤਾ ਸੀ ਉਹ ਦਿੱਤਾ ਸੀ ਅਨਿਲ ਨੇ ਅਨਿਲ ਕਿਹੜਾ ਉਹੀ ਅਨਿਲ ਅੰਕਲ ਅਨਿਲ ਅੰਕਲ ਅੰਕਲ ਹਾਂ ਅਨਿਲ ਅੰਕਲ ਆਰਨ ਅਕੈਡਮੀ ਵਾਲੇ ਸੋ ਅਨਿਲ ਅੰਕਲ ਨੇ ਉਹਨੂੰ ਸਿਮ ਦਿੱਤਾ ਟੋਰੋਂਟੋ ਦਾ ਸਿਮ ਠੀਕ ਹੈ ਤੇ ਜਦੋਂ ਟੋਰੋਂਟੋ ਤੋਂ ਸਰੀ ਆਈ ਤੇ ਜੀਵਨ ਭਾਬੀ ਨੇ ਆਪ ਕਿਹਾ ਆਪ ਦੇ ਵਰਡਸ ਨੂੰ ਤੁਸੀਂ ਸੁਣੋ ਪਹਿਲਾਂ ਬਾਕੀ ਮੈਂ ਆ ਕੇ ਇੱਥੇ ਸਿਮ ਲਈ ਸੀ ਪਹਿਲਾਂ ਮੈਨੂੰ ਇੰਡੀਆ ਤੋਂ ਵੀ ਸਿਮ ਸੀਗੀ ਮੈਨੂੰ ਨੀਲ ਸਰ ਨੇ ਪ੍ਰੋਵਾਈਡ ਕੀਤੀ ਸੀਗੀ ਪਰ ਉਹ ਸਿਮ ਫਿਰ ਮੈਨੂੰ ਇੱਥੇ ਵੀ ਚੇਂਜ ਕਰਨੀ ਪਈ ਕਿਉਂਕਿ ਉਹ ਟੋਰੋਂਟੋ ਦਾ ਨੰਬਰ ਸੀ ਔਰ ਟੋਰੋਂਟੋ ਦਾ ਨੰਬਰ ਇੱਥੇ ਨਹੀਂ ਚੱਲ ਸਕਦਾ ਸੀ ਅਗਰ ਮੈਂ ਕਿਸੇ ਨੂੰ ਵੀ ਕਾਲ ਕਰਦੀ ਸੀ ਤਾਂ ਉਹਨਾਂ ਨੂੰ ਸਕੈਮ ਠੀਕ ਹੈ ਤੇ ਹਾਂ ਮਤਲਬ ਜਿੱਦਾਂ ਉਹਨੇ ਕਿਹਾ ਕਿ ਦਿੱਤਾ ਸਿਮ ਤੇ ਜਦੋਂ ਉਹ ਕਾਲ ਕਰਦੀ ਸੀ ਨਾ ਕਿਸੇ ਨੂੰ ਤੇ ਉਹਦੇ ਤੇ ਫਰਾਡ ਲਿਖਿਆ ਹੁੰਦਾ ਸੀ ਜਿੱਦਾਂ ਸਾਡੇ ਕੋਲ ਟਰੂ ਕਾਲਰ ਆਉਂਦਾ ਨਾ ਸਾਨੂੰ ਸਪੈਮ ਲਿਖਿਆ ਆਉਂਦਾ ਜਾਂ ਫਰਾਡ ਲਿਖਿਆ ਆਉਂਦਾ ਨਾ ਤੇ ਲੋਕਾਂ ਨੂੰ ਫਰਾਡ ਲਿਖਿਆ ਆਉਂਦਾ ਸੀ ਹੁਣ ਤੁਸੀਂ ਆਪੇ ਹਿਸਾਬ ਲਿਖੋ ਕ੍ਰੋਨੋਲੋਜੀ ਸਮਝੋ ਪਰ ਕਨੈਕਸ਼ਨ ਸਮਝੋ ਤੁਸੀਂ ਕਨੈਕਸ਼ਨ ਫੋਨ ਕਿੰਨੇ ਦਿੱਤਾ ਕਿਹਦੇ ਤੋਂ ਸੇਵ ਹੋਇਆ ਕਿੰਨੇ ਫਰਾਡ ਤੋਂ ਸੇਵ ਕੀਤਾ ਕਿਉਂ ਫਲੈਸ਼ ਹੋ ਰਿਹਾ ਐਕਚੁਅਲੀ ਉਹੀ ਗੱਲ ਕਰ ਰਹੇ ਹਾਂ ਕਿ ਨੰਬਰ ਉਦੋਂ ਤੱਕ ਤੁਹਾਡਾ ਫਰਾਡ ਨਹੀਂ ਸ਼ੋ ਹੁੰਦਾ ਜਦ ਤੱਕ ਤੁਸੀਂ ਕੋਈ ਉਹਨੂੰ ਸਪੈਮ ਦੇ ਵਿੱਚ ਪਾਉਂਦੇ ਹੋ ਜਾਂ ਰਿਪੋਰਟ ਕਰਦੇ ਹੋ ਤੁਸੀਂ ਰਿਪੋਰਟ ਕਰਦੇ ਹੋ ਤਾਂ ਟੈਗ ਲਿਖ ਦਿਓ ਕਿ ਇਹ ਸਪੈਮ ਹੈ ਠੀਕ ਹੈ ਜਾਂ ਇਹ ਫੇਕ ਆ ਜਾਂ ਫਰਾਡ ਹੈ ਇਹ ਆਪਣੇ ਵੱਲੋਂ ਅਸੀਂ ਕੁਝ ਨਹੀਂ ਕਰ ਰਹੇ ਇਹ ਜੀਵਨ ਭਾਬੀ ਨੇ ਸਾਰੀਆਂ ਚੀਜ਼ਾਂ ਕਹੀਆਂ ਹੁਣ ਅਸੀਂ ਤਾਂ ਬਈ ਬਹੁਤ ਸੀਰੀਅਸਲੀ ਇਹਨਾਂ ਦੇ ਵਲੌਗਸ ਦੇਖਦੇ ਕਿਉਂਕਿ ਵੱਡੇ ਲੋਕ ਨੇ ਵੱਡੇ ਲੋਕਾਂ ਦੀ ਗੱਲਾਂ ਤੋਂ ਨਾ ਸਿੱਖਣ ਤੋਂ ਬਹੁਤ ਜ਼ਿਆਦਾ ਮਿਲਦਾ ਹੈ ਸੋ ਅਸੀਂ ਤੇ ਨਾ ਮੈਂ ਸਿੱਖਾਂ ਜਿੰਨਾ ਕਿ ਸਿਖਾਉਂਦੇ ਨੇ ਅਸੀਂ ਦੇਖ ਲੈਂਦੇ ਹਾਂ ਸੋ ਜਾਂ ਤੇ ਬਈ ਸੋਚ ਸਮਝ ਕੇ ਬੋਲੋ ਲੇਕਿਨ ਜੇ ਬੋਲਿਆ ਤੇ ਤੁਸੀਂ ਇਹ ਤੇ ਹੁਣ ਅਲੀ ਲੰਕਾ ਤੇ ਬੁਰਾ ਮੰਨ ਜਾਣਗੇ ਇਹ ਤੇ ਇੰਨੀ ਮਿਹਨਤ ਕਰਕੇ ਇਹਨਾਂ ਨੂੰ ਬਾਹਰ ਭੇਜਿਆ ਹੈ ਨਾ ਉਹ ਸਿਮ ਵੀ ਦਿੱਤੀ ਉਪਰੋਂ ਸਿਮ ਵੀ ਦਿੱਤੀ ਔਰ ਆ ਕੇ ਤੁਸੀਂ ਕਹਿ ਰਹੇ ਹੋ ਕਿ ਦੂਸਰੇ ਲੋਕਾਂ ਨੂੰ ਜਾਂ ਤੇ ਗੱਲ ਨਾ ਕਰੋ ਨਾ ਯਾਰ ਗੱਲ ਨਾ ਕਰੋ ਮਤਲਬ ਫਰਾਡ ਵਾਲਾ ਸ਼ੋਅ ਨਾ ਕਰੋ ਮੈਂਸ਼ਨ ਵੀ ਕਰਦਾ ਕਿ ਮੈਨੂੰ ਅਨਿਲ ਨੇ ਦਿੱਤੀ ਸੀ ਉਹ ਤੇ ਫਿਰ ਨਾ ਉਹ ਨੰਬਰ ਤੋਂ ਕਾਲ ਕਰਦੇ ਸੀ ਕਿਸੇ ਹੋਰ ਨੂੰ ਤੇ ਫਰਾਡ ਜਾਂਦਾ ਸੀ ਬਚਾਰੀਆਂ ਕੀ ਅਮੀਰਜ਼ਾਦੀਆਂ ਮਤਲਬ ਬਈ ਵੱਡੇ ਲੋਕ ਮੈਂ ਤਾਂ ਵੱਡੇ ਲੋਕ ਹੀ ਬੋਲ ਰਿਹਾ ਵੱਡੇ ਲੋਕ ਅਮੀਰਜ਼ਾਦੀਆਂ ਜਾਂਦੀਆਂ ਨੇ ਆਪਣਾ ਸਲੂਨ ਦੇ ਵਿੱਚ ਕੋਈ ਛੋਟਾ ਫੰਕਸ਼ਨ ਹੋਵੇ ਤਾਂ ਵੀ ਸਲੂਨ 'ਚ ਜਾ ਕੇ ਰੈਡੀ ਹੁੰਦੇ ਨੇ ਇਹ ਚੀਜ਼ ਤੇ ਮੈਨੂੰ ਲੱਗਦੀ ਹੈ ਵੀ ਬੜੀ ਲੱਗਦੀ ਹੈ ਤੇ ਸਾਡੇ ਘਰੇ ਤੇ ਤੁਸੀਂ ਦੋ ਤੁਸੀਂ ਸਾਰੀਆਂ ਜਿਹੜੇ ਵਲੌਗਰਸ ਹੋ ਨਾ ਛੋਟੇ ਛੋਟੇ ਫੰਕਸ਼ਨਸ ਲਈ ਬਾਹਰ ਜਾ ਕੇ ਰੈਡੀ ਹੁੰਦੇ ਹੋ ਨਾ ਪਾਰਲਰ ਜਾਂਦੇ ਹੋ ਤਾਂ ਤੁਹਾਡੇ ਕਰਕੇ ਨਾ ਸਾਡੇ ਘਰਾਂ 'ਚ ਕਲੇਸ਼ ਪੈ ਗਏ ਬਈ ਬਈ ਦੇਖੋ ਸਿੰਪ ਸਿੱਧੀ ਜੀ ਗੱਲ ਹੈ ਜਾਂ ਤੇ ਇਹ ਚੀਜ਼ਾਂ ਨਾ ਦਿਖਾਓ ਜਾਂ ਥੋੜਾ ਜਿਹਾ ਦੱਸ ਕੇ ਚਲ ਜਾਓ ਹੁਣ ਸਾਡੇ ਵਰਗੇ ਹਸਬੈਂਡਸ ਵਿਚਾਰੇ ਫਸ ਜਾਂਦੇ ਨੇ ਐਗਜ਼ਾਮਪਲ ਦਿੱਤੀ ਜਾਂਦੀਆਂ ਤੁਹਾਡੀਆਂ ਕਿ ਯਾਰ ਉਹ ਵੀ ਤੇ ਜਾ ਰਹੀਆਂ ਬਾਹਰ ਰਹਿ ਕੇ ਜਾ ਰਹੀਆਂ ਇੰਨਾ ਮਹਿੰਗਾ ਮਹਿੰਗਾ ਅਸੀਂ ਵੀ ਜਾਣਾ ਅਸੀਂ ਵੀ ਜਾਣਾ ਬਈ ਹੁਣ ਆਪਾਂ ਤਾਂ ਬਈ ਦੇਖੋ ਨੌਕਰੀ ਪੇਸ਼ੇ ਵਾਲੇ ਆਦਮੀ ਆ ਹੈ ਨਾ ਮਸਾ ਹੀ ਟਾਈਪ ਕੱਢ ਕੇ ਵੀਡੀਓਜ਼ ਬਣਾਈ ਦੀਆਂ ਉਹਦੇ 'ਚ ਵੀ ਲੋਕੀ ਪਤਾ ਕੀ ਕਹਿ ਰਹੇ ਨੀਚੇ ਕਮੈਂਟ ਕਰ ਰਹੇ ਨੇ ਕਿ ਤੁਸੀਂ ਵੀ ਤੇ ਇਹਨਾਂ ਦੇ ਵਿਊਜ਼ ਤੋਂ ਪੈਸੇ ਕਮਾ ਰਹੇ ਯਾਰ ਕਿੰਨੇ ਸਬਸਕ੍ਰਾਈਬਰ ਨੇ ਸਾਡੇ ਤੁਸੀਂ ਤੇ ਇਦਾਂ ਕਹਿ ਰਹੇ ਕਿਤੇ ਪਤਾ ਨਹੀਂ ਕਿੰਨੇ ਕਮਾ ਰਹੇ ਔਰ ਸਾਡੀ ਵੀਡੀਓ ਵੀ ਬਹੁਤ ਲੇਟ ਆਉਂਦੀ ਹੈ ਸੀਰੀਅਸਲੀ ਸਾਡਾ ਮੇਨ ਅਗਰ ਸਪੋਜ਼ ਸਾਨੂੰ ਇਹ ਹੁੰਦਾ ਨਾ ਕਿ ਅਸੀਂ ਪੈਸੇ ਕਮਾਉਣੇ YouTube ਤੋਂ ਤੇ ਫਿਰ ਹਰ ਰੋਜ਼ ਵੀਡੀਓਜ਼ ਆਣੀਆਂ ਸੀ ਮਤਲਬ ਅਸੀਂ ਪ੍ਰੋਪਰ ਇਹ YouTube ਐਜ਼ ਅ ਪ੍ਰੋਫੈਸ਼ਨ ਲੈ ਕੇ ਆਉਂਦੇ ਇਹ ਸਿਰਫ ਔਰ ਸਿਰਫ ਜਿਸ ਤਰ੍ਹਾਂ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਸਿਰਫ ਔਰ ਸਿਰਫ ਅਸੀਂ ਮਤਲਬ ਜੋ ਸਾਨੂੰ ਚੀਜ਼ਾਂ ਹਰਟ ਕਰਦੇ ਆ ਜਾਂ ਇਹ ਲੱਗਦਾ ਨਾ ਕਿ ਇਹ ਸਮਾਜ ਵਾਸਤੇ ਅੱਛੀਆਂ ਨਹੀਂ ਆ ਅਸੀਂ ਉਹੀ ਚੀਜ਼ਾਂ ਇੱਥੇ ਆ ਕੇ ਡਿਸਕਸ ਕਰਦੇ ਆ ਇਸ ਕਰਕੇ ਸਾਡੀਆਂ ਵੀਡੀਓਜ਼ ਲੇਟ ਆਉਂਦੀਆਂ ਤੁਸੀਂ ਉਹ ਪੁਰਾਣੀ ਵੀਡੀਓਜ਼ ਵੀ ਜਾ ਕੇ ਵੇਖ ਸਕਦੇ ਹੋ ਅਸੀਂ ਨਾਰਮਲੀ ਗੱਲਾਂ ਕੀਤੀਆਂ ਔਰ ਇੱਕ ਸਾਨੂੰ ਰੀਸੈਂਟ ਨਾ ਕਮੈਂਟ ਆਇਆ ਸੀ ਇੱਕ ਕਮੈਂਟ ਆਇਆ ਹੁਣੀ ਰੀਸੈਂਟ ਨਾ ਪੁਰਾਣੀ ਵੀਡੀਓ ਤੇ ਤੇ ਕਿਸੇ ਨੇ ਕਲਿੱਕ ਉਹ ਨਾ ਮੈਨੂੰ ਲੱਗਦਾ ਉਹੀ ਵਾਲੇ ਐਪ ਤੋਂ ਸਟੱਡੀ ਕਰਕੇ ਉਹਨੇ ਉਹ ਕਮੈਂਟ ਕੀਤਾ ਨੀਚੇ ਇੰਗਲਿਸ਼ ਦੇ ਵਿੱਚ ਇੱਕ ਤਾਂ ਸਾਰੀ ਸਪੈਲਿੰਗ ਗਲਤ ਨੇ ਹਾਂ ਨਹੀਂ ਇਹ ਹਾਂ ਇੱਕ ਸੀ ਉਸ ਟੌਪਿਕ ਤੇ ਗੱਲ ਵੀ ਨਹੀਂ ਕੀਤੀ ਫਿਰ ਵੀ ਉਸਨੂੰ ਚੀਜ਼ ਨੀਚੇ ਮੈਂਸ਼ਨ ਕੀਤੀ ਹੈ ਠੀਕ ਹੈ ਯਾਰ ਅਸੀਂ ਇੰਗਲਿਸ਼ 'ਚ ਜਵਾਬ ਦੇਣ ਆਈਏ ਤੇ ਫਿਰ ਭੱਜ ਜਾਂਦੇ ਨੇ ਅਸੀਂ ਮਤਲਬ ਟੁੱਟੀ ਫੁੱਟੀ ਇੰਗਲਿਸ਼ ਜੀ ਮਾਰ ਕੇ ਆ ਜਾਂਦੇ ਨੇ ਬਕਵਾਸ ਜੀ ਇਹਨਾਂ ਦੇ ਜਿਹੜੇ ਸਬਸਕ੍ਰਾਈਬਰ ਨੇ ਜਿਹਨਾਂ ਦੇ ਫੈਨ ਲੋਕ ਨੇ
ਪਤਾ ਨਹੀਂ ਟੁੱਟੀ ਫੁੱਟੀ ਜੀ ਇੰਗਲਿਸ਼ ਇੰਨਾ ਤੋਂ ਹੀ ਵੀਡੀਓਸ ਤੋਂ ਦੇਖ ਸੋਚ ਸੇ ਦੇਖ ਕੇ ਸਿੱਖ ਕੇ ਆਉਂਦੇ ਨੇ ਮੈਂ ਤੁਹਾਨੂੰ ਇਹ ਕਹਿ ਰਹੀ ਇਸ ਚੀਜ਼ ਦਾ ਅਸਰ ਸਾਨੂੰ ਦੇਖਣ ਨੂੰ ਮਿਲ ਰਿਹਾ ਐਗਜ਼ੈਕਟਲੀ ਸਾਡੇ ਕਮੈਂਟਸ ਹੀ ਦੇਖਣ ਨੂੰ ਮਿਲ ਰਿਹਾ ਹਾਂ ਸਾਡੇ ਕਮੈਂਟਸ ਹੀ ਇਸ ਨੂੰ ਦੇਖਣ ਨੂੰ ਮਿਲ ਰਿਹਾ ਇੱਕ ਤਾਂ ਚਲੋ ਠੀਕ ਹੈ ਆਪਾਂ ਮੰਨਦੇ ਹਾਂ ਕਈਆਂ ਚ ਪ੍ਰੋਬਲਮ ਹੁੰਦੀ ਹੈ ਨਾ ਇੰਗਲਿਸ਼ ਇੱਕ ਹੈ ਥੋੜੀ ਟਫ ਹੈ ਇੰਗਲਿਸ਼ ਗ੍ਰਾਮਰ ਇਸ ਦੀ ਔਖੀ ਆ ਬਟ ਸਪੈਲਿੰਗ ਤਾਂ ਦੇਖੋ ਤੁਹਾਨੂੰ ਆਣੀ ਚਾਹੀਦੀ ਹੈ ਬਹੁਤ ਬੇਸਿਕ ਨੇ ਗੂਗਲ ਤੇ ਆ ਜਾਂਦੀ ਹੁੰਦੀ ਹੈ ਸਪੈਲਿੰਗਸ ਆ ਜਾਂਦੀ ਹੁੰਦੀ ਹੈ ਐਡਸ ਦੇ ਰਹੇ ਹਨ ਕਿ ਇਥੋਂ ਇੰਗਲਿਸ਼ ਸਿੱਖੋ ਜਾ ਕੇ ਪਲੀਜ਼ ਉਥੋਂ ਨਾ ਸਿੱਖੋ ਨਿਊਜ਼ਪੇਪਰ ਪੜ੍ਹ ਲਓ ਬੁੱਕਸ ਪੜ੍ਹ ਲਓ ਠੀਕ ਹੈ ਫਿਰ ਉਸ ਬਸ ਸਾਡੇ ਅਸਤੇ ਕਮੈਂਟ ਕਰੋਗੇ ਜਾਂ ਨੈਗੇਟਿਵ ਕਰੋਗੇ चलो हालांकि पंजाबी बट इंग्लिश भी बहुत जरूरी सो उम्मीद करते तुसी एप्स वगैरह नहीं यूज करोगे रीडिंग स्पीकिंग पे ध्यान दोगे न्यूज़पेपर पढ़ना बहुत जरूरी है एंजल दे वाल ध्यान ना दो उन्हें बकवास कीती है एवी सारे ब्लॉगर्स ने इनदे वाले इनदे पैसे लेके ना आप ते मजे लेके पहुंच गए ने कनाडा ऑस्ट्रेलिया पहुंच चुके ने तड़ा बेड़ा करके करा देना सो अपनी अकल लगाओ इनके पीछे मत जाओ सो ऐसी आज दी वीडियो होपफुली तुसी एंजॉय कीता होगा सानू माफ करोगे कि इतने दिनों बाद असि वीडियो लेके आए हैं ठीक है बहुत ज्यादा बिजी हैं एक्चुअली मैडम दी जॉब चेंज हुई है ना तो सेटिंग ਸੈਟਿੰਗ ਕਰਨ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਨਹੀਂ ਸੀ ਮੈਂ ਕਮੈਂਟ ਵੀ ਕੀਤਾ ਸੀ ਲਵਪ੍ਰੀਤ ਨੇ ਮੈਨੂੰ ਪੁੱਛਿਆ ਸੀਗਾ ਕਿ ਤੁਸੀਂ ਨਹੀਂ ਆਏ ਮੈਂ ਮੇਰੀ ਤਬੀਅਤ ਖਰਾਬ ਸੀ ਐਕਚੁਅਲੀ ਤਾਂ ਨਹੀਂ ਬਣੀ ਬਿਲਕੁਲ ਸੋ ਸਾਡੇ ਵੱਲੋਂ ਬਹੁਤ ਜ਼ਿਆਦਾ ਇਦਾਂ ਕਰ ਬਹੁਤ ਜ਼ਿਆਦਾ ਪਿਆਰ ਔਰ ਅਸੀਂ ਵਿੱਚ ਵਿੱਚ ਆਉਂਦੇ ਰਵਾਂਗੇ ਹੈਨਾ ਦੱਸਦੇ ਰਵਾਂਗੇ ਡਿਸਕਸ ਕਰਦੇ ਰਵਾਂਗੇ ਤੇ ਬਣਾਉਣਾ ਵੀ ਨਹੀਂ ਆਉਂਦਾ ਕੁੜੀ ਫੋਟੋ ਕਿਤੇ ਖਿਚਾ ਲੈਣੇ ਬਲੌਗਰਸ ਦੇ ਕੋਲ ਆਉਂਦੇ ਸੈਟਿੰਗ ਚ ਸੋ ਇਹ ਸੀ ਅੱਜ ਦੀ ਵੀਡੀਓ ਹੋਪਫੁਲੀ ਤੁਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਹੋਏਗਾ ਔਰ ਕੋਸ਼ਿਸ਼ ਕਰਾਂਗੇ ਕਿ ਜਲਦੀ ਆ ਜੀਏ ਦੁਬਾਰਾ ਹੈਨਾ ਔਰ ਠੀਕ ਹੈ ਲਾਈਕ ਕਰ ਦਿਓ सब्सक्राइब जे अच्छा लगे कंटेंट असि हुण यही कहांगे जे अच्छा लगे कंटेंट ते सब्सक्राइब करियो और शेयर करियो राइट बाय पढ़ते लिखते रहो अपने मां-बाप दा नाम रोशन करो और सही इंग्लिश सीखो सही इंग्लिश कमेंट करो।